ਹਜ਼ੂਰ ਸਾਡੇ ਵੱਲ ਜਦੋਂ ਤੱਕਦੇ ਨੇ ਤਾਂ ਕਹਿੰਦੇ ਨੇ ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਜਾ ਕੇ ਬੁੱਢ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਗੁਰੂ ਪਾਤਸ਼ਾਹ, ਆਪਾਂ ਬੜੀ ਵਾਰ ਇਹ ਸਾਖੀਆਂ ਕੌਮਨ ਨੇ, ਇਸ ਕਰਕੇ ਉਦਾਹਰਣ ਵਿੱਚ ਇਹੀ ਲੈਂਦੇ ਹਾਂ। ਸੱਜਣ ਕੋਲ ਗਏ, ਕੋਈ ਜਾਦੂ ਥੋੜ੍ਹਾ ਕੀਤਾ, ਕੋਈ ਧਾਗਾ ਥੋੜ੍ਹੀ ਬੰਨਿਆ, ਕੋਈ ਪਾਣੀ ਮੰਤਰ ਕੇ ਦਿੱਤਾ, ਕੁਮਾਲਾ ਦਿੱਤੀ, ਇੰਨੇ ਦਿਨ ਫੇਰੀ, 21 ਦਿਨ ਫੇਰੀ, 31 ਦਿਨ, ਇੰਨੇ ਪਾਠ ਕਰੀ, ਮੈਂ ਤੈਨੂੰ ਸ਼ਬਦ ਦੇ ਜਾਂਦਾ, ਕੁਝ ਇਸ ਤਰ੍ਹਾਂ ਦਾ ਕੀਤਾ ਨਹੀਂ। ਕਿਸਾਨ ਦਾ ਇੱਕ ਅੰਦਾਜ਼ਾ ਹੁੰਦਾ ਹੈ ਵੀ ਇੰਨਾ ਬੀਜ ਜ਼ਮੀਨ ਦੇ ਵਿੱਚ ਪੈਂਦਾ, ਦਾਣੇ ਗਿਣ ਕੇ ਨਹੀਂ ਸੁੱਟਦਾ, ਉਹ ਅੰਦਾਜ਼ੇ ਨਾਲ ਸੁੱਟਦਾ। ਜ਼ਮੀਨ ਦਾ ਵੱਤਰ ਵੇਖੇਗਾ, ਰੁੱਤ ਵੇਖੇਗਾ, ਮਿਹਨਤ ਕਰਕੇ ਜ਼ਮੀਨ ਤਿਆਰ ਕਰੇਗਾ ਅਤੇ ਅੰਦਾਜ਼ੇ ਨਾਲ ਛੱਟਾ ਦਏਗਾ। ਮਹਾਰਾਜ ਨੇ ਸ਼ਬਦ ਨੂੰ ਬੀਜ ਕਹਿ, ਹਿਰਦੇ ਨੂੰ ਧਰਤੀ ਕਹਿ, ਪਰ ਅਸੀਂ ਸ਼ਬਦ ਦਾ ਬੀਜ ਗਿਣ ਗਿਣ ਕੇ ਪਾਉਂਦੇ ਹਾਂ। 21 ਪਾ ਲਓ, 31 ਪਾ ਲਓ, 51 ਪਾ ਲਓ, ਕੋਤਰੀਆਂ ਦੇ 101 ਪਾ ਲਓ, ਸਾਡੀ ਇਹ ਹਾਲਤ, ਬੀਜ ਗਿਣ ਗਿਣ ਕੇ ਸੁੱਟਦੇ ਨਹੀਂ, ਅਣ ਗਿਣਤ ਸੁੱਟ ਅਤੇ ਸੁੱਟੀ ਤੁਰਿਆ ਚੱਲ, ਗਿਣਦਾ ਕਿਉਂ ਹੈ? ਫਿਰ ਜੋ ਤੂੰ ਪੜ੍ਹਦਾ ਤਾਂ ਤੂੰ ਗਿਣਦਾ, ਜਾਂ ਤੂੰ ਗਿਣ ਲੈ ਜਾਂ ਤੂੰ ਪੜ੍ਹਦਾ, ਡਬਲ ਮਾਈਂਡਡ ਕਿਉਂ ਹੈ? ਫਿਰ ਤੂੰ ਗਿਣ ਕੇ ਕਿਹਨੂੰ ਦੱਸਣਾ? ਜੇ ਤੇਰੇ ਅੰਦਰ ਯਕੀਨ ਹੈ ਵੀ ਗੁਰੂ ਅਤੇ ਪਰਮੇਸ਼ਰ ਜਾਣਦੇ ਨੇ, ਫਿਰ ਤੂੰ ਕਿਹਨੂੰ ਦੱਸਣਾ? ਇਹਦਾ ਮਤਲਬ ਤੇਰਾ ਯਕੀਨ ਕੱਚਾ, ਉਹਨੂੰ ਪਤਾ ਨਹੀਂ ਲੱਗਦਾ। ਮੈਂ ਕਹਿ ਦਿਆਂ, ਮੈਂ ਦੱਸ ਦਿਆਂ ਵੀ ਇੰਨੇ ਕੀਤੇ ਨੇ, ਕਹਿੰਦੇ ਮਹਾਰਾਜ ਭੁੱਲ ਨਾ ਜਾਇਓ, ਕਿਤੇ ਭੁਲੇਖਾ ਨਾ ਰਹਿ ਜਾਏ, 21 ਹੋਏ ਨੇ, ਕਿਤੇ 20 ਨਾ ਲਿਖ ਲਿਓ। ਅਸੀਂ ਕਿਹੋ ਜਿਹੇ ਹਿਸਾਬੀ ਹਾਂ? ਪੂਰੇ ਮੁਨੀਮ ਬਣ ਕੇ ਅਸੀਂ ਪਾਠ ਕਰਦੇ ਹਾਂ ਪੂਰੇ, ਵੀ ਜਿਵੇਂ ਅਸੀਂ ਕੈਲਕੂਲੇਟਰ ਲੈ ਕੇ ਜਿੰਨਾ ਰੱਬ ਰੱਬ ਕਰਨਾ ਉਹਨਾਂ ਕੈਲਕੂਲੇਸ਼ਨ ਵੀ ਕਰਨੀ ਹੈ, ਜਿੰਨਾ ਰੱਬ ਰੱਬ ਕਰਨਾ ਬਾਣੀ ਪੜ੍ਹਨੀ ਉਹਦੀ ਕੈਲਕੂਲੇਸ਼ਨ ਵੀ ਨਾਲ ਕਰਨੀ, ਵੀ ਇੰਨੀ ਕੀਤੀ ਹੈ ਕਿਹਦੇ ਲਈ? ਇਹ ਦੌੜ ਹੈ, ਇਹ ਮਨ ਨੂੰ ਭਟਕਾਉਣ ਵਾਲੀ ਦੌੜ ਹੈ, ਇਹ ਸੁਰਤ ਨੂੰ ਹਉਮੈ ਦਾ ਰੋਗ ਲਾਉਂਦੀ ਹੈ, ਇਹ ਕੈਲਕੂਲੇਸ਼ਨ ਸਾਡੇ ਅੰਤਰ ਆਤਮੇ ਦਾ ਤਵਾਜਨ ਵਿਗਾੜਦੀ ਹੈ, ਮੈਂ ਇੰਨਾ ਕੀਤਾ, ਇਹ ਸਮੱਸਿਆ ਪੈਦਾ ਕਰਦੀ ਹੈ। ਭੋਜਨ ਖਾਧਾ ਹੋਵੇ ਅਤੇ ਡਾਇਜੈਸਟ ਨਾ ਹੋਵੇ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਅਫਾਰਾ ਹੋ ਜਾਂਦਾ। ਆਪਾਂ ਸਾਰੇ ਜਾਣਦੇ ਹਾਂ ਕਿਹੋ ਜਿਹੀ ਸਮੱਸਿਆ ਸਾਨੂੰ ਪੈ, ਡਾਇਜੈਸਟ ਨਾ ਹੋਵੇ, ਜਿਹੜੀ ਚੀਜ਼ ਬੰਦੇ ਨੇ ਭਲਾ ਕੰਮ ਕੀਤਾ ਡਾਇਜੈਸਟ ਨਹੀਂ ਹੋਇਆ ਤਾਂ ਵਿਖਾਵਾ ਕਰੇਗਾ। ਸਤਿਕਾਰ ਮਿਲ ਗਿਆ ਡਾਇਜੈਸਟ ਨਹੀਂ ਹੋਇਆ, ਬੰਦਾ ਸਮੱਸਿਆ ਖੜੀ ਕਰੇਗਾ। ਨਿੰਦਾ ਹੋਈ ਡਾਇਜੈਸਟ ਨਹੀਂ ਹੋਈ, ਡਿੱਗ ਪਏਗਾ, ਜਾਓ ਮੈਂ ਨਹੀਂ ਕਰਦਾ। ਗੁਰੂ ਮਹਾਰਾਜ ਕਹਿੰਦੇ ਆਪਣੀ ਪਾਚਨ ਕਿਰਿਆ ਠੀਕ ਕਰ, ਦੁਨੀਆ 'ਤੇ ਇਵੇਂ ਹੀ ਚੱਲਣੀ ਹੈ। ਜੇ ਤੂੰ ਆਖੇ ਨਾ ਵੀ ਸਾਰੇ ਤੇਰੀ ਸਿਫਤ ਕਰਨ ਜਾਂ ਸਾਰੇ ਤੇਰੀ ਨਿੰਦਿਆ ਕਰਨ, ਨਿੰਦਾ ਵੀ ਕੋਈ ਨਾ ਕਰੇ, ਜੋ ਤੇਰੇ ਮੁਤਾਬਕ ਉਹ ਹੋਵੇ, ਤਾਂ ਇਹਨੂੰ ਪਚਣਾ ਕੱਖ ਵੀ ਨਹੀਂ ਦੁਨੀਆ 'ਚ, ਤਾਂ ਪਚਦਾ ਵਾਕਿਆ ਹੀ ਸਾਨੂੰ ਕੱਖ ਨਹੀਂ। ਚਾਰ ਬੰਦੇ ਇੱਕ ਦੇ 'ਚ ਥੋੜ੍ਹਾ ਜਿਹਾ ਵਾਹ ਵਾਹ ਕਹਿ ਜਾਣ, ਸਮੱਸਿਆ ਖੜੀ ਹੋ ਜਾਂਦੀ ਹੈ। ਦੋ ਬੰਦਿਆਂ ਕੋਲੋਂ ਵਾਹ ਵਾਹ ਸੁਣ ਕੇ ਤੀਜੇ ਦੇ ਮੂੰਹ ਵੱਲ ਵੇਖੀ ਜਾਈਦਾ ਵੀ ਇਹ ਵੀ ਹੁਣ ਕੁਝ ਕਹਿ ਦੇਵੇ, ਵੀ ਇਹਨੂੰ ਕੀ ਤੰਦੂਆ ਪਿਆ, ਕਿਉਂ ਨਹੀਂ ਬੋਲਦਾ? ਇੰਨੇ ਬੰਦਿਆਂ ਨੂੰ ਮੈਂ ਚੰਗਾ ਲੱਗਦਾ, ਇਹਨੂੰ ਕਿਉਂ ਨਹੀਂ ਚੰਗਾ ਲੱਗਦਾ? ਸਮੱਸਿਆ ਹੁੰਦੀ ਹੈ ਨਾ। ਅਗਲਾ 34 ਸੁੱਟ ਗਿਆ, ਅੱਗ ਬਾਲ ਗਿਆ, ਸਾਨੂੰ ਹੁਣ ਬਾਲਣ ਚਾਹੀਦਾ ਵੀ ਕੋਈ ਗੱਲਾਂ ਕਰੇ ਚਾਰ ਮੇਰੀ ਵਡਿਆਈ ਦੀਆਂ, ਅਤੇ ਬਾਲਣ ਪੈਂਦਾ ਜਾਏ ਅਤੇ ਅੱਗ ਮਗਦੀ ਰਹੇ।
ਗੁਰੂ ਮਹਾਰਾਜ ਨੇ ਆਖਿਆ ਇਹ ਸਮੱਸਿਆਵਾਂ ਤੇਰੇ ਅੰਦਰ ਹਰ ਵੇਲੇ ਬੈਠੀਆਂ, ਬੇਚੈਨੀ ਪੈਦਾ ਕਰਦੀਆਂ ਨੇ, ਤੈਨੂੰ ਹੋਰ ਦੌੜ 'ਚ ਪਾਉਂਦੀਆਂ ਨੇ, ਵਾਹ ਵਾਹ ਦੀ ਬੱਲੇ ਬੱਲੇ ਦੀ ਦੌੜ ਵਿੱਚ। ਫਿਰ ਕੋਈ ਨਿੰਦਾ ਕਰ ਗਿਆ, ਕੋਈ ਮਾੜਾ ਕਹਿ ਗਿਆ, ਬੰਦੇ ਨੂੰ ਲੱਗਦਾ ਮੈਂ ਤਾਂ ਕਾਹੇ ਜੋਗਾ ਹੀ ਨਹੀਂ ਰਿਹਾ, ਡਿਪੈਂਡਡ ਹੋ ਗਿਆ, ਮੈਂਟਲੀ ਅਪਾਹਜ ਆ ਸੀ। ਸੁਰਤ ਕਰਕੇ ਆਪਾਂ ਹਮੇਸ਼ਾ ਦੂਜੇ 'ਤੇ ਚੰਗੇ ਹਾਂ ਤਾਂ ਕੋਈ ਕਹੇ ਚੰਗਾ, ਕਿਸੇ ਨੇ ਮਾੜਾ ਕਿਹਾ ਤਾਂ ਮਾੜੇ ਹੋ ਗਏ। ਹਜ਼ੂਰ ਮਹਾਰਾਜ ਨੇ ਕਿਹਾ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ। ਜੇ ਤੂੰ ਇੰਨਾ ਸਟੇਬਲ ਹੋਵੇਂ ਤੈਨੂੰ ਫਰਕ ਨਹੀਂ ਪੈਣਾ ਚਾਹੀਦਾ, ਤੈਨੂੰ ਤੁਰਦੇ ਰਹਿਣਾ ਚਾਹੀਦਾ, ਇਹ ਰੁਕਾਵਟਾਂ ਤਾਂ ਆਉਣਗੀਆਂ। ਜੀਵਨ ਦੇ ਪੈਂਡੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪਤਾ ਕੀ ਲਿਖਿਆ, ਡੂੰਗਰ ਵਾਟ। ਡੂੰਗਰ ਵਾਟ ਕਿਹਨੂੰ ਕਹਿੰਦੇ ਨੇ, ਪਹਾੜੀ ਰਸਤਾ ਬੰਦੇ ਨੇ ਤੈਅ ਕਰਨਾ ਹੋਵੇ, ਕਦੇ ਬਹੁਤ ਉੱਚਾ ਪਹਾੜ ਆਇਆ, ਕਦੇ ਬੜੀ ਡੂੰਘੀ ਖਾਈ ਆਈ, ਕਿਤੇ ਰਸਤਾ ਬੜਾ ਸ਼ੋਰਟ ਜਿਹਾ ਥੋੜ੍ਹਾ ਜਿਹਾ ਮਸਾਂ ਹੀ ਪੈਰ ਰੱਖਣ ਜੋਗਾ, ਹੱਥ ਪਾ ਪਾ ਕੇ ਲੰਘਣਾ ਪੈਂਦਾ, ਇੱਕ ਪਾਸੇ ਪਹਾੜ ਆ ਜਾਂਦਾ, ਦੂਜੇ ਪਾਸੇ ਖਾਈ ਆ ਜਾਂਦੀ ਹੈ, ਕਿਤੇ ਰਸਤੇ 'ਚ ਪੱਥਰ ਪਏ ਨੇ, ਕਿਤੇ ਪਾਣੀ ਦਾ ਝਰਨਾ ਵਗਦਾ, ਯਾਨੀ ਹਰ ਜਗ੍ਹਾ 'ਤੇ ਹੀ ਤੁਹਾਨੂੰ ਧਿਆਨ ਰੱਖ ਕੇ ਹਰ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਪਣਾ ਸਫ਼ਰ ਕਰਨਾ ਪੈਂਦਾ, ਔਰ ਸਾਰੀਆਂ ਰੁਕਾਵਟਾਂ ਹੀ ਨੇ, ਪਾਣੀ ਦਾ ਝਰਨਾ ਆ ਗਿਆ ਤਾਂ ਰੁਕਾਵਟ ਹੈ, ਖਾਈ ਆ ਗਈ ਤਾਂ ਰੁਕਾਵਟ ਹੈ, ਉੱਚਾ ਪਹਾੜ ਆ ਗਿਆ ਤਾਂ ਰੁਕਾਵਟ ਹੈ, ਰਸਤੇ 'ਚ ਨਿੱਕੇ ਮੋਟੇ ਪੱਥਰ ਨੇ ਤਾਂ ਰੁਕਾਵਟ, ਹਰ ਚੀਜ਼ ਰੁਕਾਵਟ ਹੈ। ਬਸ ਆਪਣੇ ਪੈਰ ਨੂੰ ਬੰਦੇ ਨੇ ਸਟੇਬਲ ਰੱਖਣਾ, ਜੀਵਨ ਵਿੱਚ ਹਰ ਚੀਜ਼ ਹੀ ਰੁਕਾਵਟ, ਉਸਤਤ ਹੋ ਜਾਏ ਤਾਂ ਵੀ, ਵਡਿਆਈ ਹੋ ਜਾਏ ਤਾਂ ਵੀ, ਕੁਝ ਮਿਲ ਜਾਏ ਤਾਂ ਵੀ, ਕੁਝ ਚੱਲਿਆ ਜਾਏ ਹੱਥੋਂ ਤਾਂ ਵੀ, ਇਹ ਸਭ ਰੁਕਾਵਟਾਂ ਹੀ ਨੇ ਸਾਡੇ ਲਈ। ਵਾਰ ਵਾਰ ਬੰਦਾ ਇਹਨਾਂ 'ਚ ਡਿੱਗਦਾ ਰਹਿੰਦਾ, ਮਿਲ ਜਾਏ ਤਾਂ ਵੀ ਡਿੱਗਦਾ, ਨਾ ਮਿਲੇ ਤਾਂ ਵੀ ਡਿੱਗਦਾ, ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲੱਗਦਾ।